ਲੋਕ ਸਭਾ ਚੋਣਾਂ ਦੀ ਗਿਣਤੀ ਦਾ ਇੰਤਜ਼ਾਰ ਅੱਜ ਖਤਮ ਹੋ ਚੁੱਕਾ ਹੈ ਅਤੇ ਕਈ ਵੱਡੇ ਦਿੱਗਜ਼ਾਂ ਨੂੰ ਲੋਕਾਂ ਨੇ ਰਸਤਾ ਦਿਖਾਇਆ ਅਤੇ ਕਈਆਂ ਨੂੰ ਤਾਜ ਵੀ ਪਹਿਨਾਇਆ। ਗੱਲ ਕਰਦੇ ਹਾਂ ਅੰਮ੍ਰਿਤਸਰ ਲੋਕ ਸਭਾ ਸੀਟ ਦੀ, ਜਿੱਥੋਂ ਗੁਰਜੀਤ ਸਿੰਘ ਔਜਲਾ ਇੱਕ ਵਾਰ ਫਿਰ ਸੰਸਦ ਬਣ ਗਏ ਨੇ, MP ਬਣ ਗਏ ਨੇ। ਗੁਰਜੀਤ ਸਿੰਘ ਔਜਲਾ ਨੂੰ 254,414 ਵੋਟਾਂ ਪਈਆਂ ਨੇ ਅਤੇ 40,146 ਤੋਂ ਵੱਧ ਵੋਟਾਂ ਲੈ ਕੇ ਉਹ MP ਬਣੇ ਨੇ। ਦੂਜੇ ਨੰਬਰ 'ਤੇ ਕੁਲਦੀਪ ਸਿੰਘ ਧਾਲੀਵਾਲ ਰਹੇ, ਜਿਨ੍ਹਾਂ ਨੂੰ 214,268 ਵੋਟਾਂ ਪਈਆਂ ਨੇ ਅਤੇ ਉਹ ਗੁਰਜੀਤ ਔਜਲਾ ਤੋਂ 40,146 ਵੋਟਾਂ ਨਾਲ ਪਿੱਛੇ ਰਹੇ। ਅਤੇ BJP ਦੇ ਤਰਨਜੀਤ ਸਿੰਘ ਸੰਧੂ 206,832 ਵੋਟਾਂ ਲੈ ਸਕੇ ਅਤੇ 47,582 ਵੋਟਾਂ ਨਾਲ ਪਿੱਛੇ ਰਹੇ। ਅਤੇ ਅਖੀਰ 'ਚ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਅਖੀਰ ਵਿੱਚ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ ਸਿਰਫ 1,62,686 ਵੋਟਾਂ ਪਈਆਂ ਨੇ ਅਤੇ ਉਹ 91,728 ਵੋਟਾਂ ਨਾਲ ਪਿੱਛੇ ਰਹੇ। ਮੈਂ ਧੰਨਵਾਦ ਕਰਦਾ ਇਸ ਸ਼ਹਿਰ ਦੇ ਗੁਰੂ ਰਾਮਦਾਸ ਜੀ ਦੀ ਨਗਰੀ ਦਾ, ਪਵਿੱਤਰ ਸਰੋਵਰਾਂ ਦਾ, ਭਗਵੰਤ ਦੁਰਗਿਆਣਾ ਤੀਰਥ ਜੀ ਦੇ ਆਸ਼ੀਰਵਾਦ ਦੇ ਨਾਲ, ਭਗਵਾਨ ਵਾਲਮੀਕ ਜੀ ਦੇ ਤੀਰਥ ਦੇ ਆਸ਼ੀਰਵਾਦ ਦੇ ਨਾਲ ਅਸੀਂ ਅਜੇ ਚੀਜ਼ ਜਿਹੜੀ ਹੈ ਜਿੱਤ ਪਾਏ ਹਾਂ। ਔਰ ਧੰਨਵਾਦ ਕਰਦਾ ਸਮੁੱਚੀ ਜਿਹੜੀ ਬੂਥ ਲੈਵਲ 'ਤੇ ਲੜਾਈ ਲੜ ਰਹੀ ਮੁਹੱਲਿਆਂ 'ਚ ਉਸ ਲੀਡਰਸ਼ਿਪ ਦਾ, ਸਮੁੱਚੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਇਹ ਜਿਹੜੀ ਜਿੱਤ ਹੈ, ਮੈਂ ਸਮਝਦਾ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ, ਸੰਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ, ਇਹ ਉਹਨਾਂ ਦੀ ਜਿੱਤ ਹੋਈ। ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ, ਦਿਨ ਰਾਤ ਕੀਤਾ ਵਾ, ਵਰਕਰਾਂ ਨੇ ਬਹੁਤ ਮਦਦ ਕੀਤੀ ਹੈ। ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ, ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ, ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ, ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ, ਮੇਰੇ ਨਿੱਜੀ ਪਰਿਵਾਰ ਵੀ ਸਾਰਾ, ਉਹ ਸਾਰਿਆਂ ਨੇ ਬਹੁਤ ਮਦਦ ਕੀਤੀ, ਮੇਰਾ ਪਰਿਵਾਰ ਹੈ ਜੀ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਗੱਲ। ਪੰਜਾਬ 'ਚ ਕਾਂਗਰਸ ਕਾਫੀ ਅੱਗੇ ਲੀਡ ਲੈ ਕੇ ਜਾ ਰਹੀ ਹੈ। ਬਿਲਕੁਲ, ਪੰਜਾਬ 'ਚ ਵੀ ਕਾਂਗਰਸ ਲੀਡ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਕਾਂਗਰਸ ਇੰਡੀਆ ਲਾਈਨ ਦੀ ਸਰਕਾਰ ਬਣੀ। ਦੇਖੋ, ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ, ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ, ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ, ਜਦੋਂ ਤੋਂ ਲੋਕ ਪਰੇਸ਼ਾਨ ਨੇ, ਇਹਨਾਂ ਦੇ ਉੱਤੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹਦੇ ਕਰਾਂਗੇ, ਪਰ ਇਹ ਸਟੇਟ ਨਾਲ ਰਿਲੇਟਡ ਕੰਮ ਹੈ, ਮੈਂ ਸਰਕਾਰ ਨੂੰ ਮਜਬੂਰ ਕਰੂੰਗਾ ਇਸ, ਕਿਉਂਕਿ ਸਰਕਾਰ ਨੂੰ ਕਰਨੇ ਪੈਣਗੇ ਹੁਣ ਸਰਕਾਰ ਦੇ ਉੱਤੇ। ਵੱਡੇ ਭਾਰਾ ਨਹੀਂ ਪੈਣਾ ਜੀ, ਜਦੋਂ ਲੋੜ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ, ਲੋਕ ਕੰਮ ਭਾਲਦੇ ਹੈ, ਸੱਚ ਭਾਲਦੇ, ਉਹ ਨਹੀਂ ਸੀ ਹੈਗਾ ਨਾ ਕੋਈ। ਭਾਜਪਾ ਦੇ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ, ਖਾਸ ਤੌਰ ਤੇ ਜਿਹਦਾ ਦੂਸਰੇ ਨੰਬਰ ਤੇ ਆ ਰਹੀ ਹੈ? ਬਿਲਕੁਲ, ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ, ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ, ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ, ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ। ਜੇ ਉਹਨਾਂ ਵੋਟ ਮੰਗੀ ਹੈ ਤੇ ਇੱਕ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ, ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂ ਗਾ। ਇਸ ਕਰਕੇ ਠੀਕ ਹੈ, ਹੁਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ, ਪਰ ਸਾਡੇ ਵਾਸਤੇ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ। ਸੈਕੂਲਰ ਥੌਟ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥੌਟ ਹੋਣੀ ਚਾਹੀਦੀ ਹੈ, ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੋ ਮੈਂ ਹੁਣ ਸਭਨਾਂ ਦਾ ਧੰਨਵਾਦ ਕਰਦੇ ਜਿਹਨੂੰ ਵੋਟ ਪਾਈ ਹੈ, ਭਾਵੇਂ ਉਹ ਨਹੀਂ ਵੀ ਜਿੱਤੇ, ਮੈਂ ਉਹਨਾਂ ਦੇ ਕੰਮ ਆਊਂਗਾ, ਮੈਂ ਹਮੇਸ਼ਾ ਉਹਨਾਂ ਦੇ ਕੰਮ ਕਰੂੰਗਾ, ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ। ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ, ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬ ਦਿਆਂ, ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਲਈ ਹਰ ਪੱਖ ਦੇ ਉੱਤੋਂ ਹੀ ਜ਼ਿੰਮੇਵਾਰ ਹਾਂ, ਔਰ ਜਿੰਨਿਆਂ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ, ਮੈਂ ਸਭਨਾਂ ਦਾ ਹੀ ਜ਼ਿੰਮੇਵਾਰ ਹਾਂ, ਸਾਰਿਆਂ ਨੂੰ ਹੀ ਮਾਫ ਕਰਨਾ। ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਰਹਿਣਾ ਜੀ, ਇੱਕ ਜਾਂ ਤਿੰਨ ਹੋਣਗੀਆਂ, ਇੱਕ ਹੋ ਗਈ ਜਾਂ ਤਿੰਨ ਹੋਣਗੀਆਂ, ਉਹ ਵੇਖ ਲਓ ਗੱਲ ਉੱਥੇ ਹੀ ਆਈ।